ਪੰਜਾਬ ਅਤੇ ਹਿਮਾਚਲ ਦੇ ਵਿੱਚ ਦੋਸਤੋ ਹੜ੍ਹਾਂ ਵਰਗੀ ਸਥਿਤੀ ਹੋਈ ਹੋਈ ਹੈ। ਰਿਪੋਰਟਾਂ ਲਗਾਤਾਰ ਆ ਰਹੀਆਂ ਨੇ, ਰਿਪੋਰਟਾਂ ਕੋਈ ਤਸੱਲੀ ਬਖਸ਼ ਨਹੀਂ ਹੈਗੀਆਂ। ਪੰਜਾਬ ਦੇ ਵਿੱਚ ਆਈਆਂ ਨੇ ਜੋ ਰਿਪੋਰਟਾਂ, ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਦੱਸਿਆ ਜਾ ਰਿਹਾ ਹੈਗਾ ਕਿ 1680 ਫੁੱਟ 'ਤੇ ਪਹੁੰਚ ਚੁੱਕਾ ਹੈ। ਪੌਂਗ ਡੈਮ ਦੇ ਵਿੱਚ ਬਿਜਲੀ ਉਤਪਾਦਨ ਦਾ ਜਿਹੜਾ ਕੰਮ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਵਾ। ਰੂਪਨਗਰ ਦੇ ਵਿੱਚ ਸਭ ਤੋਂ ਵੱਧ ਮੁਤਾਸਰ ਹੋਇਆ ਹੋਇਆ ਇਲਾਕਾ ਵਾ। ਹਿਮਾਚਲ ਦੇ ਵਿੱਚ ਵੀ ਲਗਭਗ ਮੀਂਹ ਦੇ ਦਾ ਕਹਿਰ ਹੈ, 22 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਪੰਜਾਬ ਦੇ ਵਿੱਚ ਵੀ 4 ਤੋਂ ਵੱਧ ਮੌਤਾਂ ਦੀ ਖਬਰ ਆ ਚੁੱਕੀ ਹੈ। ਮਾਈਨਿੰਗ ਨੇ ਵੀ ਜਿਹੜਾ ਹੈਗਾ ਸਤਲੁਜ ਦੇ ਪਾਣੀ ਦਾ ਵਹਾਅ ਬਦਲਿਆ, ਇੱਕ ਖਬਰਾਂ ਰਿਪੋਰਟਾਂ ਦੱਸ ਰਹੀਆਂ ਨੇ। ਛੱਤ ਡਿੱਗਣ ਦੇ ਕਰਕੇ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋਈ ਹੈ, ਇਹ ਵੀ ਪੰਜਾਬ 'ਚੋਂ ਖਬਰ ਆ ਰਹੀ ਹੈ। ਵੱਖ ਵੱਖ ਇਲਾਕਿਆਂ ਤੋਂ ਖਬਰਾਂ ਆ ਰਹੀਆਂ ਹੈਗੀਆਂ, ਖਾਸ ਕਰਕੇ ਖੰਨੇ ਕੋਲ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈਗੀ ਹੈ। ਕੁੱਲ ਮਿਲਾ ਕੇ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਹੈਗਾ ਵਾ, ਮੋਟੇ ਮੋਟੇ ਤੌਰ ਦੇ ਉੱਤੇ ਜੇ ਗੱਲ ਕੀਤੀ ਜਾਵੇ, ਫਤਿਹਗੜ੍ਹ ਹੋ ਗਿਆ, ਨਵਾਂਸ਼ਹਿਰ ਹੋ ਗਿਆ, ਲੁਧਿਆਣਾ ਹੋ ਗਿਆ, ਜਲੰਧਰ, ਕਪੂਰਥਲਾ, ਤਰਨ ਤਾਰਨ, ਫਿਰੋਜ਼ਪੁਰ, ਇਹ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਪੂਰੀ ਤਰ੍ਹਾਂ ਆ ਚੁੱਕੇ ਹੈਗੇ ਨੇ। ਪੰਜਾਬ ਸਰਕਾਰ ਨੇ ਪਹਿਲਾਂ ਅਲਰਟ ਜਾਰੀ ਕਰ ਦਿੱਤਾ ਸੀ, ਹਾਈ ਅਲਰਟ, ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਜਿਹੜੀ ਸਥਿਤੀ ਜਿਹੜੀ ਹੋ ਸਕਦੀ ਹੈਗੀ ਆ। ਭਾਵੇਂ ਕਿ ਅਫਸਰਸ਼ਾਹੀ ਇਹ ਕਹਿੰਦੀ ਰਹੀ ਕਿ ਲੁਧਿਆਣੇ ਵਿੱਚੋਂ ਵੀ ਜਿਵੇਂ ਆਏ ਕਿ ਨਹੀਂ ਜੀ, ਇਸ ਤਰ੍ਹਾਂ ਦੀ ਜਿਹੜੀ ਸੂਰਤ ਹਾਲ ਨਾਲ ਨਜਿੱਠਣ ਲਈ ਜਿਹੜਾ ਮੁਤਲਕਾ ਮਹਿਕਮਾ ਉਹ ਤਤਪਰ ਹੈਗਾ, ਲੇਕਿਨ ਉਹਦੇ ਰਿਜ਼ਲਟ ਕੀ ਨੇ ਉਹ ਸਾਨੂੰ ਸਪਸ਼ਟ ਤੌਰ 'ਤੇ ਦਿਖਾਈ ਦਿੰਦੇ ਹੈਗੇ ਨੇ। ਹਿੰਦੁਸਤਾਨ ਦੇ ਵਿੱਚ ਭਾਵੇਂ ਕਿ ਅਸੀਂ ਹਿੰਦੁਸਤਾਨ ਦੇ ਉੱਤੇ ਦਾਅਵਾ ਕਰਦੇ ਹਾਂ, ਹਿੰਦੁਸਤਾਨ ਵਾਲੇ, ਕਿ ਸਾਡੀਆਂ ਸਰਕਾਰਾਂ, ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ਵ ਗੁਰੂ ਬਣਨ ਵਾਲੇ ਹਾਂ, ਅਸੀਂ ਬਹੁਤ ਵਿਕਾਸ ਕਰਾਂਗੇ, ਲੇਕਿਨ ਜ਼ਮੀਨੀ ਪੱਧਰ ਕੀ ਹੈ? ਕਹਾਣੀ ਇਹ ਕਿ ਜਿੱਥੇ ਸੋਕਾ ਸੋਕੇ ਦੀ ਮਾਰ ਹੈ, ਜਿੱਥੇ ਡੋਬਾ ਡੋਬੇ ਦੀ ਮਾਰ ਹੈ। ਪੰਜਾਬੀ ਦਾ ਇੱਕ ਅਸਲੋਂ ਨਵਾਂ ਸ਼ਾਇਰ ਹੈ ਜਗਦੀਪ, ਉਹਦੀ ਇੱਕ ਗਜ਼ਲ ਦਾ ਸ਼ੇਅਰ ਹੈ ਕਿ ਇੱਕੋ ਧਰਤ ਉੱਤੇ ਇਹ ਕਿਹੇ ਕਿਹੇ ਕਹਿਰ ਵਰਸੇ, ਕੁਝ ਪਾਣੀਆਂ 'ਚ ਡੁੱਬੇ, ਕੁਝ ਬੂੰਦ ਭਰ ਨੂੰ ਤਰਸੇ। ਬਿਲਕੁਲ ਇਹ ਜਿਹੜੀ ਗਜ਼ਲ ਦਾ ਸ਼ੇਅਰ ਹੈ, ਇਹ ਜਗਦੀਪ ਦੀ ਗਜ਼ਲ ਦਾ ਸ਼ੇਅਰ ਹਿੰਦੁਸਤਾਨ ਦੀ ਜਿਹੜੀ ਹੈਗੀ ਹੈ, ਜੋ ਮੌਜੂਦਾ ਸੂਰਤ ਹਾਲ ਆ, ਉਹਦੇ 'ਤੇ ਬਿਲਕੁਲ ਫਿੱਟ ਬਹਿੰਦਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਇਹਨੂੰ ਸਿਰਫ ਅਤੇ ਸਿਰਫ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ ਇਹਨੂੰ ਸਿਰਫ ਅਸੀਂ ਕੁਦਰਤੀ ਆਫਤਾਂ ਨਹੀਂ ਆਖ ਸਕਦੇ। ਇਹਦੇ ਵਿੱਚ ਜੋ ਇਹ ਬਾਰਿਸ਼ਾਂ ਦਾ ਲਗਾਤਾਰ ਸਿਲਸਿਲਾ ਹੋ ਰਿਹਾ ਹੈ, ਇਹਨੂੰ ਇੱਕ ਤਰ੍ਹਾਂ ਨਾਲ ਅਸੀਂ ਦੇਖਿਆ ਕਿ ਉੱਤਰਾਖੰਡ ਦੇ ਵਿੱਚ 2012 ਦੇ ਵਿੱਚ ਤਰਾਸਤੀ ਹੋਈ, ਕਿ ਉਹਨੂੰ ਉਹ ਅਜੇ ਤੱਕ ਵੀ ਸਾਨੂੰ ਯਾਦ ਹੈਗਾ, ਸਾਡੇ ਚੇਤਿਆਂ ਦੇ ਵਿੱਚ ਵਸੀ ਹੋਈ ਉਹ ਤਰਾਸਤੀ ਹੈਗੀ ਹੈ। ਇਨਸਾਨ ਵੱਲੋਂ ਕੁਦਰਤ ਨਾਲ ਜਿਹੜੀ ਛੇੜਖਾਨੀ ਕੀਤੀ ਜਾਂਦੀ ਹੈ, ਉਹਦੇ ਜਿਹੜੇ ਰਿਜ਼ਲਟ ਨੇ ਉਹ ਸਾਨੂੰ ਜਿਹੜਾ ਫਿਰ ਇਸ ਰੂਪ ਦੇ ਵਿੱਚ ਦਿਖਾਈ ਦਿੰਦੇ ਹੈਗੇ ਨੇ। ਆਮ ਤੌਰ 'ਤੇ ਬਹੁਤ ਬਾਹੂਬਲੀ ਲੋਕ ਨੇ, ਉਹ ਕੁਦਰਤ ਦਾ ਬਹਾਅ ਰੋਕ ਕੇ ਆਪਣਾ ਕਲੋਨੀਆਂ ਵਗੈਰਾ ਕੱਢਦੇ ਨੇ, ਸਰਕਾਰ ਬਿਲਕੁਲ ਉਹਨਾਂ ਦੀ ਪਿੱਠ ਉੱਤੇ ਹੁੰਦੀ ਹੈ, ਇੱਥੋਂ ਤੱਕ ਕਿ ਕਈ ਸਾਰਾ ਕੁਛ ਨੰਗੇ ਚਿੱਟੇ ਤੌਰ 'ਤੇ ਹੁੰਦਾ ਰਹਿੰਦਾ ਹੈ। ਉਹਨੂੰ ਜਿਹੜਾ ਹੈਗਾ ਵਾ, ਜਦੋਂ ਇਸ ਤਰ੍ਹਾਂ ਦੀ ਤਰਾਸਤੀ ਆਉਂਦੀ ਹੈ, ਫਿਰ ਸਾਨੂੰ ਜਿਹੜਾ 2 ਮਿੰਟ ਸੋਚਣ ਲਈ ਜਿਹੜਾ ਮਜਬੂਰ ਹੋਣਾ ਪੈਂਦਾ ਕਿ ਇਸ ਤਰ੍ਹਾਂ ਦਾ ਜਿਹੜਾ ਇਹ ਕੰਮ ਕਿਵੇਂ ਹੋ ਗਿਆ। ਹੁਣ ਮੋਟੇ ਮੋਟੇ ਤੌਰ ਉੱਤੇ ਦੇਖਿਆ ਜਾ ਰਿਹਾ ਹੈਗਾ ਕਿ ਹੜ੍ਹਾਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਨੇ ਪਹਿਲਾਂ ਵੀ ਕਦੇ ਕੰਮ ਨਹੀਂ ਕੀਤਾ। ਆਮ ਤੌਰ ਉੱਤੇ 2008 ਵਿੱਚ ਵੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ, ਉਦੋਂ ਇਹ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਕੇਂਦਰ ਦਾ ਜਿਹੜਾ ਆਇਆ ਹੋਇਆ ਪੈਸਾ, ਉਸ ਸਮੇਂ ਦੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਹੈ, ਉਹਨਾਂ ਨੇ ਸੰਗਤ ਦਰਸ਼ਨਾਂ ਉੱਤੇ ਰੋੜ ਦਿੱਤਾ। ਇਹ ਸਿਰਫ 2008 ਦੀ ਗੱਲ ਨਹੀਂ, ਅੱਗੇ ਪਿੱਛੇ ਵਾਲੀ ਸੂਰਤ ਹਾਲ ਵੀ ਇੱਦਾਂ ਹੀ ਹੁੰਦੀ ਰਹਿੰਦੀ ਹੈ। ਇਹਦੇ ਨਾਲ ਦੀ ਨਾਲ ਜਿਹੜਾ ਹੈਗਾ, ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਅਸੀਂ ਦੇਖਦੇ ਹਾਂ ਕਿ ਹੜ੍ਹਾਂ ਨੂੰ ਰੋਕਣ ਦੇ ਲਈ ਸਰਕਾਰ ਗੰਭੀਰ ਨਹੀਂ ਹੈਗੀ, ਕਿਉਂਕਿ ਲੋਕਾਂ ਦਾ ਇੱਕ ਤਰ੍ਹਾਂ ਨਾਲ ਇਹ ਪ੍ਰਭਾਵ ਜਾਂਦਾ ਹੈਗਾ ਵਾ ਕਿ ਜਿਹੜਾ ਪੈਸਾ ਵਾ ਉਹ ਦੇਰੀ ਨਾਲ ਜਾਰੀ ਕੀਤਾ ਜਾਂਦਾ, ਪਿੱਛੋਂ ਉਹਦਾ ਅਸਲੀ ਮਕਸਦ ਇਹੀ ਹੁੰਦਾ ਕਿ ਕੁਦਰਤੀ ਆਫਤ ਜਿਹੜੀ ਹੈਗੀ ਆ ਕਹਿ ਕੇ ਇਹਨੂੰ ਅਸੀਂ ਡੰਗ ਟਪਾ ਲਿਆ ਜਾਵੇ। ਨਾਲ ਦੀ ਨਾਲ ਇਹ ਇਲਜ਼ਾਮ ਵੀ ਲੱਗਦੇ ਰਹੇ ਨੇ ਕਿ ਰਾਹਤ ਕੰਮਾਂ ਦੇ ਵੇਲੇ ਵੀ ਭ੍ਰਿਸ਼ਟਾਚਾਰ ਹੈ, ਬਹੁਤੇ ਥਾਵੇਂ ਤੁਸੀਂ ਦੇਖਿਆ ਕਿ ਲੋਕ ਖੁਦ ਹੀ ਜਿਹੜਾ ਹੈਗਾ ਮਦਦ ਕਰਦੇ ਹੋਏ ਨਜ਼ਰ ਆਉਂਦੇ ਨੇ ਸਰਕਾਰੀ ਕੋਈ ਅਮਲਾ ਪਹੁੰਚਣ ਤੋਂ ਪਹਿਲਾਂ। ਜ਼ਿਆਦਾਤਰ ਜਿਹੜਾ ਪਾਣੀ ਆ ਜਾਂ ਹੜ੍ਹ ਆ, ਉਹਨਾਂ ਵਰਗੀ ਜਿਹੜੀ ਹਾਲਤ ਨਿਰੋਲ, ਉਹਨੂੰ ਤੁਸੀਂ ਕੁਦਰਤੀ ਆਫਤ ਨਹੀਂ ਮੰਨ ਸਕਦੇ, ਜਿਵੇਂ ਮੈਂ ਦੱਸਿਆ ਹੀ ਹੈਗਾ ਵਾ। ਸਰਕਾਰ ਦੀ ਇਹ ਦਲੀਲ ਮੰਨੀ ਜਾ ਸਕਦੀ ਹੈ ਕਿ ਜਿਹੜੇ ਪ੍ਰਬੰਧ ਸਰਕਾਰ ਵੱਲੋਂ ਹੋਣੇ ਚਾਹੀਦੇ ਨੇ ਉਹਦੇ ਬਾਵਜੂਦ ਜਿਹੜਾ ਹੜ੍ਹ ਆ ਜਾਂਦੇ ਨੇ। ਕੁਝ ਸਮਾਂ ਜਿਹੜਾ ਹੈਗਾ ਘੱਗਰ ਦੇ ਕਿਸਾਨਾਂ ਨੂੰ ਵੀ ਸਮੱਸਿਆ ਆਈ, ਇਹਦੇ ਨਾਲ ਦੀ ਨਾਲ ਜਿਹੜਾ ਫਸਲ ਉਹਨਾਂ ਦੀ ਬਰਬਾਦ ਹੋਈ, ਘਰ ਢਹਿਣ ਲੱਗੇ ਨੇ, ਅਤੇ ਪ੍ਰਸ਼ਾਸਨ ਪਾਣੀ ਦੇ ਨਿਕਾਸ ਦੀਆਂ ਕਿੰਨੀਆਂ ਗੱਲਾਂ ਕਰਦਾ, ਲੇਕਿਨ ਕਹਾਣੀ ਉੱਥੇ ਦੀ ਉੱਥੇ ਖੜ੍ਹੀ ਹੈਗੀ ਹੈ। ਹੜ੍ਹਾਂ ਤੋਂ ਬਾਅਦ ਨਾ ਤਾਂ ਕੁਦਰਤੀ ਵਹਿਣਾਂ ਦਾ ਜਿਹੜਾ ਬਹਾਲ ਕਰਨ ਦਾ ਜਿਹੜਾ ਕੰਮ ਹੈ, ਨਾ ਹੀ ਜਿਹੜਾ ਹੈਗਾ ਵਾ ਡਰੇਨਾਂ ਦੀ ਜਿਹੜੇ ਸਮੇਂ ਸਿਰ ਸਫਾਈ ਕਰਾਉਣ ਦੇ ਯੋਗ ਕਾਰਵਾਈ ਹੁੰਦੀ ਹੈ। ਹਾਲ ਦੀ ਘੜੀ ਵੀ ਜਿਹੜਾ ਹੈਗਾ, ਲੋਕਾਂ ਦੇ ਜਿਹੜੇ ਜਾਨ ਮਾਲ ਦੀ ਜਿਹੜੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ, ਜੋ ਕਿ ਕਿਤੇ ਨਾ ਕਿਤੇ ਸਰਕਾਰ ਦੀ ਢਿੱਲ ਮੱਠ ਹੈਗੀ ਹੈ। ਇਹਦੇ ਤੋਂ ਸਰਕਾਰ ਦੀ ਪ੍ਰਸ਼ਾਸਨ ਦੀ ਜਿਹੜੀ ਨਲੈਕੀ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਹੈਗੇ। ਖਾਸ ਕਰਕੇ ਚੰਡੀਗੜ੍ਹ ਦੇ ਬਾਰੇ ਇੱਕ ਉਦਾਹਰਣ ਦਿੱਤੀ ਜਾਂਦੀ ਸੀ ਕਿ ਚੰਡੀਗੜ੍ਹ ਦੇ ਵਿੱਚ 5 ਸਾਲ ਪਹਿਲਾਂ ਕਿ ਕਾਫੀ ਪਾਣੀ ਚਾਹੇ ਜਿੰਨਾ ਮਰਜ਼ੀ ਆ ਜਾਵੇ, ਉਹਦੇ ਵਿੱਚ ਬਹਾਅ ਦਾ ਜਿਹੜਾ ਬਣਿਆ ਹੋਇਆ ਕਿ ਉਹਦੀ ਨਿਕਾਸੀ ਦਾ ਪ੍ਰਬੰਧ ਹੈ। ਹੁਣ ਚੰਡੀਗੜ੍ਹ ਵਿੱਚ ਵੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ, ਪਰਸੋਂ ਚੌਥੇ ਚੰਡੀਗੜ੍ਹ ਦੀ ਵੀ ਸੂਰਤ ਹਾਲ ਲਗਭਗ ਇਸੇ ਤਰ੍ਹਾਂ ਦੀ ਹੋ ਗਈ ਸੀਗੀ। ਸੋ ਇਹਦੇ ਵਿੱਚ ਜਿਹੜੀ ਪ੍ਰਸ਼ਾਸਨ ਦੀ ਆਪਣੀ ਨਲੈਕੀ ਹੈ,
ਉਹਦੇ ਤੋਂ ਪ੍ਰਸ਼ਾਸਨ ਸਿਰਫ ਇਹ ਕਹਿ ਕੇ ਕਿ ਕੁਦਰਤੀ ਆਫਤਾ ਛੁਟਕਾਰਾ ਨਹੀਂ ਪਾ ਸਕਦਾ, ਜਦੋਂ ਇਹੋ ਜਿਹੀ ਹੜ੍ਹਾਂ ਵਰਗੀ ਤ੍ਰਾਸਦੀ ਕਿੰਨੀਆਂ ਮੌਤਾਂ ਲੈਂਦੀ ਹੈ, ਇਹਨੂੰ ਫਿਰ ਸਿਰਫ ਅਤੇ ਸਿਰਫ ਤੁਸੀਂ ਕੁਦਰਤੀ ਮੌਤਾਂ ਨਹੀਂ ਕਿਤੇ ਨਾ ਕਿਤੇ ਸਰਕਾਰੀ ਕਤਲੇਆਮ ਵੀ ਆਖ ਸਕਦੇ ਹੋ। ਦੋਸਤੋ, ਸੂਈ ਸਵੇਰ ਲੋਕ ਪੱਖੀ ਮੀਡੀਆ ਅਦਾਰਾ ਹੈ, ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ ਬਚੀ ਰਹੇ ਅਤੇ ਜਿਹੜੇ ਮੁਤਬਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ, ਜਿਹੜੇ ਮਸਲੇ ਵੱਡੇ ਮੀਡੀਆ ਨਹੀਂ ਵੱਡਾ ਮੀਡੀਆ ਨਹੀਂ ਕਵਰ ਕਰਦਾ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ। ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ। ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ। ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ। ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ, ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ, ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ, ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ।